ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਜੋ ਕਿ 1 ਅਗਸਤ ਨੂੰ ਨਨਕਾਣਾ ਸਾਹਿਬ ਪਾਕਿਸਤਾਨ ਦੀ ਧਰਤੀ ਤੋਂ ਸ਼ੁਰੂ ਹੋ ਕੇ 3 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਬਟਾਲਾ ਦੀ ਧਰਤੀ ਤੇ ਪੁੱਜੇਗਾ। ਉਸ ਮਹਾਨ ਨਗਰ ਕੀਰਤਨ ਦਾ ਸਵਾਗਤ ਬਟਾਲਾ ਦੀਆਂ ਅਜਿਹੀਆਂ ਸੜਕਾਂ ਕਰਨਗੀਆਂ ਜਿਨ੍ਹਾਂ ਵਿੱਚ ਟੋਏ ਪਏ ਹੋਏ ਨੇ। ਜਗ੍ਹਾ ਜਗ੍ਹਾ ਤੋਂ ਸੜਕਾਂ ਟੁੱਟੀਆਂ ਹੋਈਆਂ ਨੇ ਅਤੇ ਜਗ੍ਹਾ ਜਗ੍ਹਾ ਤੇ ਗੰਦਾ ਪਾਣੀ ਭਰਿਆ ਹੋਇਆ ਹੈ, ਪਰ ਬਟਾਲਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਨਗਰ ਕੀਰਤਨ ਦੇ ਸਵਾਗਤ ਨੂੰ ਲੈ ਕੇ SGPC ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਦੀ ਅਗਵਾਈ ਦੇ ਵਿੱਚ SGPC ਦੀ ਇੱਕ ਮੀਟਿੰਗ ਨੇ ਜਦ ਬਟਾਲਾ ਦੀਆਂ ਸੜਕਾਂ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਇਸ ਤੇ ਦੁੱਖ ਜਤਾਇਆ। ਉਹਨਾਂ ਦਾ ਕਹਿਣਾ ਸੀ ਕਿ ਨਗਰ ਕੀਰਤਨ ਦਾ ਸਵਾਗਤ ਹੈ, ਟੁੱਟੀਆਂ ਸੜਕਾਂ ਕਰਨਗੀਆਂ। ਜੋ ਰੂਟ ਦੇ ਸੰਬੰਧ ਵਿੱਚ ਮੇਰੀ ਜਿਹੜੀ ਸਾਡੀ ਟੀਮ ਬਣੀ ਉਹਦੇ 'ਚ ਮੇਰੀ ਡਿਊਟੀ ਹੈ, ਇਸ ਹਲਕੇ ਤੋਂ ਮੈਂ ਮੈਂਬਰ ਵੀ ਹਾਂ। ਡੇਰਾ ਬਾਬਾ ਨਾਨਕ ਤੋਂ ਜਿਹੜਾ ਨਗਰ ਕੀਰਤਨ 2 ਤਰੀਕ ਨੂੰ ਰਾਤ ਇੱਥੇ ਠਹਿਰਨਾ, ਡੇਰੇ ਬਾਬੇ ਨਾਨਕ ਜਿਹੜਾ ਪਾਕਿਸਤਾਨ ਤੋਂ ਚੱਲ ਕੇ ਨਨਕਾਣਾ ਸਾਹਿਬ ਦੀ ਧਰਤੀ ਤੋਂ ਆ ਰਿਹਾ, ਉਹ ਡੇਰੇ ਬਾਬੇ ਨਾਨਕ ਤੋਂ 3 ਤਰੀਕ ਨੂੰ ਸਵੇਰੇ ਚੱਲ ਕੇ ਬਟਾਲੇ ਵੱਲ ਨੂੰ ਬਟਾਲੇ ਦੀ ਧਰਤੀ ਤੋਂ ਹੋ ਕੇ ਗੁਰਦੁਆਰਾ ਬਾਠ ਸਾਹਿਬ ਪਹੁੰਚਣਾ। ਅੱਜ ਇਸ ਰੂਟ ਨੂੰ ਵੇਖਣ ਲਈ ਜਦੋਂ ਅਸੀਂ ਆਏ ਹਾਂ ਤਾਂ ਡੇਰਾ ਬਾਬਾ ਨਾਨਕ ਬਾਈਪਾਸ ਤੋਂ ਚੱਲ ਕੇ ਜਿਹੜਾ ਅੱਗੇ ਮਾਨ ਨਗਰ ਤੋਂ ਅੱਗੇ ਤੱਕ ਇੰਨਾ ਮਾੜਾ ਹਾਲ ਆ ਸੜਕਾਂ ਦਾ, ਮੈਂ ਨਾ ਕੋਈ ਪ੍ਰਸ਼ਾਸਨ ਜਿਹੜਾ ਕੁੰਭ ਦੀ ਨੀਂਦ ਸੁੱਤਾ ਪਿਆ। ਸਰਕਾਰ ਨੂੰ ਪਤਾ, ਰੋਜ਼ ਅਖਬਾਰਾਂ 'ਚ ਆ ਰਹੇ ਨੇ, ਰੂਟ ਆ ਰਹੇ ਨੇ, ਇੱਕ 2 ਸਰਹੱਦਾਂ ਤੋਂ ਪਾਰ ਇੱਕ ਮਹਾਨ ਨਗਰ ਕੀਰਤਨ, ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹਨਾਂ ਦੁਨੀਆ ਦਾ ਆਧਾਰ ਕੀਤਾ, ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਸਾਲਾਂ ਉਹਨਾਂ ਦੀ ਸ਼ਤਾਬਦੀ ਜਿਹੜੀ ਮਨਾਈ ਜਾ ਰਹੀ, ਉਹਦੇ ਸੰਬੰਧ ਵਿੱਚ ਉਹ ਨਗਰ ਕੀਰਤਨ ਆਉਣਾ, ਔਰ ਦੂਜੇ ਮੁਲਕ 'ਚ ਪਾਕਿਸਤਾਨ ਤੋਂ ਚੱਲ ਕੇ ਆਉਣਾ, ਔਰ ਜਿਹੜੇ ਲੋਕ ਨਾਲ ਆਉਣੇ ਨੇ ਉਹ ਇਹ ਬਟਾਲੇ ਦੀ ਧਰਤੀ ਤੋਂ ਜਦੋਂ ਲੰਘਣਗੇ, ਮੈਂ ਸਮਝਣਾ ਉਹ ਸਰਕਾਰ ਦੀਆਂ ਏਡੀਆਂ ਵੱਡੀਆਂ ਨਾਕਾਮੀਆਂ ਨੂੰ ਜਾਂ ਇਹਨਾਂ ਪਾਣੀ ਦੇ ਵਿੱਚੋਂ ਉਹਨਾਂ ਨੂੰ ਜਦੋਂ ਲੰਘਣਾ ਪਏਗਾ, ਮੈਂ ਸਮਝਣਾ ਸਾਰੇ ਸਾਨੂੰ ਲੋਕਾਂ ਨੂੰ ਸ਼ਰਮ ਆਏਗੀ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ, ਇਹ ਤੁਹਾਡਾ ਸਾਹਮਣੇ ਮੰਡੀ ਬੋਰਡ ਦਾ ਦਫ਼ਤਰ ਹੈ, ਅਗਲੇ ਬੰਨੇ ਦਾਣਾ ਮੰਡੀ ਹੈ, ਅਗਲੇ ਬੰਨੇ ਪੁੱਲ ਲੱਗਦਾ, ਇੰਨਾ ਮਾੜਾ ਰਸਤਾ, ਤੂੰ ਆਪਣੇ ਮਿੱਟੀ ਦੇ ਢੇਰ ਲੱਗੇ ਨੇ, ਕੂੜੇ ਦੇ ਢੇਰ ਲੱਗੇ ਨੇ, ਪਾਣੀ ਦੇ ਛੱਪੜ ਬਣੇ ਨੇ, ਲਾਗਿਓਂ ਕੋਈ ਲੰਘ ਨਹੀਂ ਸਕਦਾ, ਗੱਡੀ ਲੰਘਦੀ ਹੈ ਅਤੇ ਲੋਕਾਂ ਦੇ ਕੱਪੜਿਆਂ ਦੇ ਉੱਤੇ ਚਿੱਕੜ ਪੈ ਰਿਹਾ, ਛਿੱਟੇ ਪੈ ਰਹੇ ਨੇ, ਅਤੇ ਦੁਕਾਨਦਾਰ ਵੀ ਆਲੇ ਦੁਆਲੇ ਦੇ ਇੰਨੇ ਦੁਖੀ ਨੇ। ਮੈਂ ਜੀ ਇਹ ਤਾਂ ਸਰਕਾਰ ਨੂੰ ਆਪ ਹੀ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ, ਪ੍ਰਸ਼ਾਸਨ ਨੂੰ, ਕਿ ਜਦੋਂ ਬਾਹਰ ਦੇ ਦੇਸ਼ਾਂ ਤੋਂ ਇੱਥੋਂ ਪੰਜਾਬ ਦੀ ਧਰਤੀ ਤੋਂ ਲੋਕਾਂ ਨੇ ਆਉਣਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲੰਘਣੀ ਹੈ, 5 ਪਿਆਰੇ ਲੰਘਣੇ ਆ, ਫਿਰ ਏਡਾ ਮਾੜਾ ਰਸਤਾ, ਮੈਂ ਸਮਝਣਾ ਇਹਨਾਂ ਦਾ ਕੋਈ ਲੀਡਰ ਸ਼ਾਇਦ ਸਰਕਾਰ ਦਾ ਲੰਘਣਾ ਹੋਵੇ ਤਾਂ ਇਹ ਰਸਤੇ ਉਦੋਂ ਪਹਿਲਾਂ ਇਹ ਸ਼ਾਮ ਤੱਕ ਠੀਕ ਕਰ ਲੈਣ। ਪਰ ਇੱਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਜਿਹੜਾ 3 ਤਰੀਕ ਨੂੰ ਇੱਥੋਂ ਲੰਘ ਕੇ ਜਾ ਰਿਹਾ, ਅੱਜ ਦੀ ਤਰੀਕ ਤੱਕ ਪ੍ਰਸ਼ਾਸਨ ਜਿਹਨੂੰ ਅਸੀਂ ਪਹਿਲਾਂ ਲਿਖ ਕੇ ਦੇ ਚੁੱਕੇ ਹਾਂ ਕਿ ਤੁਹਾਡੇ ਰਸਤਿਆਂ ਦੇ ਵਿੱਚ ਖਰਾਬੀ, ਇਹਨੂੰ ਠੀਕ ਕਰਵਾਇਆ ਜਾਏ, ਸਾਨੂੰ ਭਰੋਸਾ ਦੇਣ ਦੇ ਬਾਵਜੂਦ ਟੈਂਡਰ ਲਾ ਕੇ ਮੈਂ ਸਮਝਣਾ ਇੱਡੀ ਵੱਡੀ ਲੁੱਟ ਖਸੁੱਟ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਔਰ ਮੈਂ ਅੱਜ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ, ਅਜੇ ਤੁਹਾਡੇ ਕੋਲ 2-3 ਦਿਨ ਬਾਕੀ ਨੇ, ਔਰ ਇਹਨਾਂ ਰਸਤਿਆਂ ਨੂੰ ਸਵਾਰ ਦਿੱਤਾ ਜਾਵੇ ਤਾਂ ਕਿ ਤੁਹਾਡੀ ਬਾਹਰ ਤੋਂ ਆਏ ਹੋਏ ਲੋਕਾਂ ਦੇ ਵਿੱਚ ਵੀ ਸ਼ੋਭਾ ਜਾਏ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਲਕੀ ਲੰਘਣੀ, ਉਹਦੀ ਅਸੀਸ ਵੀ ਤੁਹਾਨੂੰ ਮਿਲ ਸਕੇ। ਦੱਸਣਯੋਗ ਹੈ ਕਿ ਨਗਰ ਕੀਰਤਨ ਅਟਾਰੀ ਬਾਰਡਰ ਤੋਂ ਭਾਰਤ ਦੇ ਵਿੱਚ ਪ੍ਰਵੇਸ਼ ਕਰੇਗਾ ਤੇ ਡੇਰਾ ਬਾਬਾ ਨਾਨਕ ਤੋਂ ਹੁੰਦਾ ਹੋਇਆ 3 ਅਗਸਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੋਹਰਾ ਸ਼ਹਿਰ ਯਾਨੀ ਕਿ ਬਟਾਲਾ ਦੇ ਵਿੱਚ ਪੁੱਜੇਗਾ। ਅਵਤਾਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।